ਗਰਸ਼ ਕਮੇਟੀ ਦਾ ਸੂਬਾ ਜਨ ਅਸਕਤਰ ਬੁਲਦਾ ਜੀ ਆ ਦਿੱਲੀ ਮੋਰਚੇ ਤੋਂ ਲਾਈਵ ਹੋਏ ਆ ਅੱਜ ਫੇਰ ਤੇ ਤੁਹਾਨੂੰ ਜਿਹੜੀ ਮੌਕੇ ਦੀ ਅਪਡੇਟ ਦੱਸਣਾ ਚਾਹਾਂਗੇ ਪੀ ਦਿੱਲੀ ਮੋਰਚੇ ਦੇ ਦਿਵਾਲੇ ਪੂਰੀ ਤਰ੍ਹਾਂ ਪਾਬੰਦੀਆਂ ਲਾ ਕੇ ਟਿੱਪਰ ਲਾ ਕੇ ਰਸਤੇ ਬਲੌਕ ਕਰਕੇ ਮੈਂ ਇੱਥੇ ਨੌਜਵਾਨ ਬੈਠੇ ਨੂੰ ਕਹੂੰਗਾ ਫੋਟੋ ਮਾਲ ਜੀ ਦਿਖਾ ਦਿਓ ਜਾਂ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਕਹਿੰਦੇ ਆ ਵੀ ਮੋਦੀ ਸਰਕਾਰ ਪੋਜ਼ਿਟਿਵ ਆ ਆ ਹੋਣਾ ਵੀ ਚਾਹੀਦਾ ਪੋਜ਼ਿਟਿਵ ਠੀਕ ਹੈ ਖੇਤੀ ਕਰਨ ਵਾਪਸ ਹੋਏ ਆ ਪੋਜ਼ਿਟਿਵ ਹੀ ਨਹੀਂ ਕਹਿ ਸਕਦੇ ਵੀ ਪੋਜ਼ਿਟਿਵ ਨਹੀਂ ਤੇ ਤੇ ਦੂਸਰਾ ਹੈਗਾ ਆ ਇੱਕ ਮਿੰਟ ਆ ਦੇਖ ਲਓ ਐਂਬੂਲੈਂਸ ਆ ਤੁਹਾਨੂੰ ਟਿਪਰ ਨਜ਼ਰ ਆ ਰਹੇ ਹੋਣਗੇ ਟਿਪਰ ਦੋ ਵਿੱਚ ਖੜਿਆ ਤੇ ਐਂਬੂਲੈਂਸ ਲਾਗੇ ਖਲਾਰੀ ਹੋਈ ਆ ਜਿਹੜੇ ਕਹਿੰਦੇ ਵੀ ਕਿਸਾਨਾਂ ਨੇ ਬਲਾਕ ਕੀਤੇ ਰਸਤੇ ਇਸੇ ਤਰ੍ਹਾਂ ਕੇ ਨਾ ਚਾਰ ਸ਼ਫੇਰੋਂ ਖਬਰ ਲੱਗ ਰਹੀ ਏ ਨਰੇਲਾ ਵਾਲੇ ਪਾਸੋਂ ਜਿਹੜੀ ਦਿੱਲੀ ਨੂੰ ਰਸਤਾ ਜਾਂਦਾ ਉਧਰ ਸਾਡੇ ਵਾਲੀ ਸਟੇਜ ਦੇ ਲਾਗੇ ਬਲਾਕਾਡ ਕੀਤਾ ਹੋਇਆ ਤਾਂ ਮਤਲਬ ਪੋਸਟਵੇਆ ਠੀਕ ਹੈ ਚੰਗੀ ਗੱਲ ਰਹਿੰਦੀਆਂ ਗੱਲਾਂ ਤਾਂ ਕਿਹੜੀਆਂ ਰਹਿ ਗਈਆਂ ਵੀ ਕੇਸ ਵਾਪਸ ਲੈ ਲਓ ਕੱਲ ਦਿੱਲੀ ਪੁਲਿਸ ਦੇ ਹਾਈ ਅਫਸਰਾਂ ਨਾਲ ਗੱਲਬਾਤ ਉਹਨੂੰ ਕਹੇ ਵੀ ਤੁਹਾਡੇ ਕੋਲ ਚਿੱਠੀ ਕੋਈ ਆਈ ਉਹ ਕਹਿੰਦੇ ਕੋਈ ਚਿੱਠੀ ਨਹੀਂ ਆਈ ਸਾਡੇ ਕੋਲ ਕੇਸ ਵਾਪਸ ਲੈਂਦੀ ਨਾ ਚੰਡੀਗੜ੍ਹ ਪ੍ਰਸ਼ਾਸਨ ਕੋ ਹੈਗੀ ਹੈ ਠੀਕ ਹੈ ਸ਼ਹੀਦਾਂ ਬਾਰੇ ਉਹਨਾਂ ਦਾ ਕੋਈ ਬਿਆਨ ਹੀ ਨਹੀਂ ਹੈਗਾ ਨਾ ਮਾਬਜੇ ਦੀ ਸਮਾਰਕ ਦੀਆਂ ਗੱਲਾਂ ਦੂਰ ਦੀਆਂ ਲਕੀਮਪੁਰ ਖੀਰੀ ਬਾਰੇ ਤੇ ਬਾਲਾ ਰੋਲਾ ਹੀ ਨਹੀਂ ਨਾ ਕੋਈ ਚੂੰ ਪੈ ਨਹੀਂ ਹੈਗਾ ਉਹਦੇ ਤੇ ਕੁਝ ਬੋਲਣਾ ਵੀ ਹੈ ਕਰਨਾ ਵੀ ਹੈ ਠੀਕ ਹੈ ਬਾਕੀ ਐਮਐਸਪੀ ਮੁੱਦਾ ਬਹੁਤ ਜ਼ਰੂਰੀ ਆ ਐਮਐਸਪੀ ਵਾਲੇ ਮੁੱਦੇ ਤੇ ਵੀ ਕੋ ਪੋਜ਼ਿਟਿਵ ਰੋਖ ਹੈ ਮੈਂ ਬਾਤ ਚਾਹਣਾ ਸੋ ਮੋਦੀ ਸਰਕਾਰ ਇਸ ਅੰਦੋਲਨ ਨੂੰ ਚਾਰ ਚਫੇਰਿਓਂ ਘੇਰਾ ਪਾ ਕੇ ਇਹਦੇ ਰਾਹ ਬੰਦ ਕਰਕੇ ਕਿਹੜਾ ਪੋਜ਼ਿਟਿਵ ਸਨੇਹਾ ਦੇ ਰਹੀ ਆ ਸਾਡੀ ਸਮਝ ਤੋਂ ਪਰੇ ਆ ਠੀਕ ਹੈ ਜੀ ਜਾਂ ਅੰਦੋਲਨ ਆਪਣੀ ਜਿੱਤ ਵਾਲੇ ਪਾਸੇ ਵੱਧ ਰਿਹਾ ਵਾ ਸਰਕਾਰ ਦਾ ਤੇ ਚਾਹੀਦਾ ਵੀ ਉਹ ਪਰੋਸਾ ਬਣਾਵੇ ਉਹ ਪ੍ਰਸ਼ਾਸਨ ਅਧਿਕਾਰੀ ਗੱਲਬਾਤ ਕਰਕੇ ਮਸਲਿਆਂ ਨੂੰ ਸਿਰੇ ਲਾਉਣ ਪ੍ਰੋਸਾ ਬੱਜੇ ਦੋਵਾਂ ਤਰ੍ਹਾਂ ਦੇ ਵਿੱਚ ਬੇਪਰੋਸਗੀ ਅੱਗੇ ਵੀ ਆ ਸਰਕਾਰ ਤੇ ਯਕੀਨ ਨਹੀਂ ਹੈਗਾ ਦੂਜਾ ਇਸ ਕਿਸਮ ਦੀਆਂ ਐਕਟੀਵਿਟੀਜ਼ ਕਰਕੇ ਵੀ ਸੁਰੱਖਿਆ ਦਾ ਧਿਆਨ ਚ ਰੱਖ ਕੇ ਸਾਰਾ ਕੁਝ ਕਰ ਰਹੇ ਆ ਬੇਪਰੋਸਗੀ ਪੀਤੀ ਜਾ ਰਹੀ ਬੇਪਰੋਸਗੀ ਦੇ ਨਾਲ ਨਾਲ ਕੀ ਸੰਦੇਸ਼ ਕੀ ਆ ਸਾਨੂੰ ਡਰਾਉਣਾ ਚਾਹੁੰਦੀ ਆ ਸਰਕਾਰ ਸਰਕਾਰ ਇਹ ਕੁਝ ਕਰਕੇ دہشت ਜਤਾ ਸਾਨੂੰ ਕਰਨਾ ਚਾਹੁੰਦੀ ਆ ਤਾਂ ਇਹ ਸਵਾਲ ਨੇ ਤਾ ਫਿਰ ਏਡੇ ਵੱਡੇ ਅੰਦੋਲਨ ਨੂੰ ਜਿੱਤ ਕੇ ਹੁਣ ਅਸੀਂ ਫਿਰ ਇਹਨਾਂ ਦੀ ਦਹਿਸ਼ਤ ਮੰਨੀਏ ਇਹਨਾਂ ਦੀ ਗੱਲ ਦਾ ਕਿਵੇਂ ਜਵਾਬ ਮੋੜਵਾ ਜਾਣਾ ਚਾਹੀਦਾ ਠੀਕ ਹੈ ਸੋ ਇਸ ਕਰਕੇ ਮੋਦੀ ਸਰਕਾਰ ਦਾ ਇਹ ਪ੍ਰੋਖ ਪੋਜ਼ਿਟਿਵ ਨਹੀਂ ਹੈ ਇਹ ਕਿਸਾਨਾਂ ਨੂੰ ਤੰਗ ਕਰਨ ਦੇ ਨਾਲ-ਨਾਲ ਦਿੱਲੀ ਦੇ ਲੋਕਾਂ ਨੂੰ ਤੰਗ ਕਰਨ ਵਾਲਾ ਵਾ ਤੋ ਦਿੱਲੀ ਦੇ ਲੋਕਾਂ ਨੂੰ ਜੜੇ ਆਂਦੇ ਸੀ ਵੀ ਰਸਤੇ ਕਿਸਾਨਾਂ ਨੇ ਬੰਦ ਕੀਤੇ ਆ ਹੁਣ ਤੁਸੀਂ ਦੇਖੋ ਵੀ ਰਸਤੇ ਕਿੰਨਾ ਨੇ ਬੰਦ ਕੀਤੇ ਆ ਇਹ ਇਹ ਦੇ ਬਾਰੇ ਹੋਣੇ ਤੋ ਇਹ ਪ੍ਰਚਾਰ ਪ੍ਰੋਪੋਗੈਂਡਾ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰ ਦਿਓ ਹਰ ਇੱਕ ਘਰ ਤੱਕ ਚਲੀ ਜਾਵੇ ਅਸੀਂ ਪਹਿਲੋ ਕਹਿਆ ਸੀ ਵੀ ਰੱਜ ਕੇ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਕੋਈ ਦੌਰ ਆ ਨਹੀਂ ਹੈਗੀ ਠੀਕ ਆ ਅਸੀਂ ਬਹੁਤ ਵੱਡੀ ਕਾਨੂੰਨਾ ਵਾਲੇ ਮਸਲੇ ਤੇ ਜਿੱਤ ਹਾਸਲ ਕੀਤੀ ਆ ਪਰ ਉਸ ਦਿਨ ਵੀ ਕਿਹਾ ਹੈ ਵੀ ਜੇ ਜੜੀਆਂ ਮੰਗਾ ਰਹਿਣ ਤੋਂ ਪਹਿਲੋ-ਪਹਿਲੋ ਜੋ ਆਮ ਤੌਰ ਤੇ ਅਸੀਂ ਬਾਹਰ ਮੁਖੀ ਪੋਜੀਸ਼ਨ ਦੇਖ ਰਹੇ ਆ ਜੇ ਇਹੋ ਜੀ ਰਹੀ ਤਾਂ ਸਰਕਾਰ ਉਹਦਾ ਨਜਾਇਜ਼ ਫਾਇਦਾ ਠਾਊਗੀ ਆਜ ਦੇਖ ਲਿਆ ਸੀ ਤੁੱਕੇ ਰਾਬੰਦੀ ਕਿ ਉਹਨਾਂ ਨੂੰ ਲੱਗਿਆ ਵੀ ਹਜੇ ਗੱਲਾਂ ਰਹਿ ਰਹੀਆਂ ਖੁਸ਼ੀ ਇੰਨੇ ਨੇ ਇਹ ਭੰਗੜਾ ਹੀ ਇੰਨਾ ਜ਼ਿਆਦਾ ਪਾ ਰਹੇ ਨੇ ਵੀ ਭਾਈ ਇਹਨਾਂ ਨੂੰ ਥੋੜਾ ਦਬਾਅ ਬਣਾਓ ਇਹ ਤਾਂ ਕਰਨ ਨੂੰ ਜਾਣ ਲਈ ਤਿਆਰ ਖੜੇ ਆ ਜਿਵੇਂ ਤਾ ਉਹਨਾਂ ਨੂੰ ਲੱਗਦਾ ਵੀ ਜਿਵੇਂ ਪ੍ਰੈਸ਼ਰ ਬਣਾ ਕੇ ਤੱਕ ਕੇ ਇਹਨਾਂ ਨੂੰ ਇਹਨਾਂ ਦੇ ਘਰਾਂ 'ਚ ਵਾਰ ਦिए ਤੋ ਇਹ ਕਦੀ ਨਹੀਂ ਹੁੰਦਾ ਪੀਸਫੁਲੀ ਬੈਠੇ ਆ ਕੋਈ ਪ੍ਰੋਗਰਾਮ ਤਾਂ ਨਹੀਂ ਹੈਗਾ ਆਪਣਾ ਸੜਕ 'ਤੇ ਬੈਠੇ ਪੀਸਫੁਲੀ ਬੈਠੇ ਆ ਜੜੀਆਂ ਗੱਲਾਂ ਰਹਿ ਗਈਆਂ ਉਹਦਾ ਜਵਾਬ ਮੰਗ ਰਹੇ ਆ ਵੀ ਭਲਿਓ ਤੁਸੀਂ ਕਹਿ ਤਾ ਕੇਸ ਵਾਪਸ ਲੈਣੇ ਤੋਮਰ ਜੀ ਕਹਿੰਦੇ ਆ ਵੀ ਪੁਲਿਸ ਕੇਸ ਸੂਬਿਆਂ ਦਾ ਵਿਸ਼ਾ ਵਾ ਠੀਕ ਹੈ ਹਰਿਆਣੇ ਸੂਬੇ ਦਾ ਵਿਸ਼ਾ ਵਾ ਜੂਪੀ ਸੂਬੇ ਦਾ ਵਿਸ਼ਾ ਵਾ ਪੰਜਾਬ 'ਚ ਤਾਂ ਕੋਈ ਰੌਲਾ ਨਹੀਂ ਪੰਜਾਬ ਦੀ ਸਰਕਾਰ ਕਹਿੰਦੀ ਕੇਸ ਵਾਪਸ ਲੈਣੇ ਭਾਈ ਲੈ ਉਹ ਵੀ ਨਹੀਂ ਰਹੀ ਹੁਣ ਜੁਪੀ ਤੇ ਹਰਿਆਣਾ ਭਾਜਪਾ ਦੀਆਂ ਸਰਕਾਰਾਂ ਨੇ ਅਜੇ ਤੱਕ ਇਹਨਾਂ ਦਾ ਕੋਈ ਜਵਾਬ ਨਹੀਂ ਆਇਆ ਸੰ। ਹਾਂ ਦਿੱਲੀ ਪੁਲਿਸ ਸਾਰੀ ਤੁਹਾਡੇ ਅਧੀਨ ਆ। ਸਾਰੀ ਗ੍ਰਹਿ ਮੰਤਰਾਲੇ ਅਮਿਤ ਸ਼ਾਹ ਜੀ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਉਹ ਚਲਾ ਰਹੇ ਨੇ ਦਿੱਲੀ ਦੀ ਫੋਰਸ ਨੂੰ। ਤਾਂ ਦਿੱਲੀ ਫੋਰਸ ਨੂੰ ਅਜੇ ਤੱਕ ਕੋਈ ਚਿੱਠੀ ਨਹੀਂ ਹੈਗੀ ਵੀ ਕੇਸ ਵਾਪਸ ਲੈ ਲੀਏ। ਨਾ ਚੰਡੀਗੜ੍ਹ ਜਿਹੜਾ ਕੇਂਦਰ ਸ਼ਾਸਤ ਪ੍ਰਦੇਸ਼ ਆ ਉੱਥੇ ਕੋਈ ਚਿੱਠੀ ਆ। ਠੀਕ ਹੈ ਜੀ ਤੁਹਾਨੂੰ ਪਤਾ ਉੱਥੇ ਮਾਵਾਂ ਭੈਣਾਂ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਨੇ ਕਿੱਡੇ ਵੱਡੇ ਅੰਦੋਲਨ ਲੜੇ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਇੱਕ ਸਾਡੀ ਮਾਂ ਪੈਣ ਦੀ ਗੁੱਤ ਕਿਦਾਂ ਖਿੱਚੀ ਗਈ ਸੀ ਉਹਨਾਂ ਦੇ ਕੇਸ ਕਿਸਮ ਦੇ ਕੇਸ ਪਾਏ ਗੇ ਤਾਂ ਮਤਲਬ ਜੇ ਅੱਜ ਅਸੀਂ ਅੰਦੋਲਨ ਦੇ ਵਿੱਚ ਸਾਡੀ ਘੇਰਾਬੰਦੀ ਕੀਤੀ ਜਾ ਰਹੀ ਹੈ ਅਰ ਉਸ ਘੇਰਾਬੰਦੀ ਦਾ ਕੋਈ ਠੋਸ ਜਵਾਬ ਨਹੀਂ ਹੈਗਾ ਤਾਂ ਫਿਰ ਜਦੋਂ ਇਹ ਅੰਦੋਲਨ ਮੁੱਕ ਜਾਊਗਾ ਫਿਰ ਭਰਾਓ ਘੇਰਾਬੰਦੀ ਮੁਕਾਦੂਗੀ ਮੋਦੀ ਸਰਕਾਰ ਪਰ ਪੋਸਟ ਵੀ ਸਾਰਾ ਕੁਝ ਹੱਲ ਕਰ ਦੂਗੀ ਇਹ ਸੋਚਣਾ ਚਾਹੀਦਾ ਦੇਖੋ ਅਸੀਂ ਸਾਰੇ ਘਰ ਜਾਣ ਜਾਣਾ ਚਾਹੁੰਦੇ ਆ ਸਾਨੂੰ ਘਰਾਂ 'ਚ ਜਾ ਕੇ ਆਪਦੇ ਕੰਮ ਵੀ ਬੜੇ ਪਿਆਰੇ ਆ ਨਹੀਂ ਕਹਿੰਦੇ ਵੀ ਨਹੀਂ ਪਿਆਰੇ ਹੈਗੇ ਸਾਡੇ ਲੋਕ ਵੀ ਘਰਾਂ 'ਚ ਜਾਣਾ ਚਾਹੁੰਦੇ ਜੇ ਤੁਸੀਂ ਪੰਜਾਬ 'ਚ ਘਰਾਂ 'ਚ ਬੈਠੇ ਹੋ ਦੇਸ਼ ਵਾਲੇ ਲੋਕ ਆ ਸਾਰੇ ਪਰ ਸਵਾਲ ਇਹ ਆ ਵੀ ਭਾਈ ਇੰਨਾ ਵੱਡਾ ਸਿਰੜੀ ਅੰਦੋਲਨ ਅਸੀਂ ਲੜਿਆ ਵਾ ਐਡੀ ਵੱਡੀ ਜਿੱਤ ਆ ਤਾਂ ਹੁਣ ਇਹਦੇ ਵਿੱਚੋਂ ਕਾਲ ਕਰ ਦਈਏ ਸਵਾਲਾਂ ਦੇ ਜਵਾਬ ਤੁਸੀਂ ਦੇਣੇ ਆ ਇਸ ਕਰਕੇ ਮੈਂ ਕਹਿੰਨਾ ਪੰਜਾਬੀਓ ਦੇਸ਼ ਵਾਸੀਓ ਇਸ ਅੰਦੋਲਨ ਚ ਵਿੱਚ ਆਓ ਬਹੁਤ ਵੱਡੇ ਪੱਧਰ ਤੇ ਆਏ ਤਾਂ ਜਿੰਨਾ ਦੇ ਰਹਿ ਅੰਦੋਲਨ جاری ਰਹਿੰਦਾ ਵਾ ਇਹਦੀ ਸ਼ਾਨ ਨੂੰ ਸ਼ੌਕਤ ਵਧਾ ਕੇ ਰੱਖਿਏ ਤੋਂ ਇਹ دہشت ਉਲਟੀ ਪਾਉਣ ਦਾ ਯਤਨ ਕਰ ਰਹੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਕੋਈ ਦਿੱਲੀ ਮੱਥਾ ਨਹੀਂ ਟੇਕਣ ਜਾ ਸਕਦਾ ਕੋਈ ਦਿੱਲੀ ਵਾਲੇ ਪਾਸੋਂ ਸਾਡੇ ਧਰਨੇ 'ਚ ਨਹੀਂ ਆ ਸਕਦਾ ਇਹ ਅਨਲਾਨੀ ਐਮਰਜੈਂਸੀ ਆ ਇਹਦਾ ਕੀ ਅਰਥ ਹੈਗੇ ਨੇ ਸਗੋਂ ਹੋਣਾ ਤੇ ਚਾਹੀਦਾ ਵਾ ਵੀ ਇਹ ਸਾਡੇ ਦਿਵਾਲੇ ਜਿਹੜੀਆਂ ਪਾਬੰਦੀਆਂ ਖੁੱਲ ਜਾਣੀਆਂ ਚਾਹੀਦੀਆਂ ਕਿੰਨਾ ਰੋਲਾ ਪਾਇਆ ਗਿਆ ਭਾਵੇਂ ਉਹ ਗਾਜੀਪੁਰ ਦੀ ਇੱਕ ਬੀਬੀ ਨੇ ਰਿੱਟ ਪਾਈ ਸੀ ਵੀ ਮੈਨੂੰ ਜਾਣ ਤਕਲੀਫ ਹੁੰਦੀ ਸੁਪਰੀਮ ਕੋਰਟ ਦੇ ਮੋਢੇ ਤੇ ਰੱਖ ਕੇ ਕਿਵੇਂ ਟਿਕਰੀ ਵਾਲੇ ਬਾਰਡਰ ਤੇ ਰਾਹ ਖੋਲਣ ਦਾ ਜ਼ੋਰ ਲੱਗਾ ਗਾਜੀਪੁਰ ਵਾਲੇ ਬਾਰਡਰ ਤੇ ਖੋਲਣ ਦਾ ਰਾਹ ਲੱਗਾ ਹੁਣ ਜਦੋਂ ਮਾਹੌਲ ਜਿੱਤਾਲੇ ਪਾਸੇ ਨੂੰ ਵੱਧ ਰਿਹਾ ਤਾਂ ਹੁਣ ਜਦੋਂ ਆਮ ਰਾਹ ਖੁੱਲਣੇ ਚਾਹੀਦੇ ਹੁਣ ਸਰਕਾਰ ਰਾਹ ਬੰਦ ਕਰ ਰਹੀ ਹੈ ਫਿਰ ਇਹ ਕੀ ਕਾਰਨ ਨੇ ਸੋ ਇਸ ਕਰਕੇ ਲੱਗਦਾ ਵਾ ਪੰਜਾਬੀਆਂ ਨੂੰ ਜਿਹੜਾ ਉਹਨਾਂ ਨੇ ਇਹ ਸਮਝ ਲਿਆ ਕਿ ਇਹ ਜੋ ਕੁਝ ਦੇ ਦਿੱਤਾ ਉਹਨੇ ਚ ਹੀ ਖੁਸ਼ ਹੋ ਗਏ ਆ ਬਾਕੀ ਚੀਜ਼ ਨਾ ਵੀ ਕੁਝ ਦਵਾਂਗੇ ਤਾਂ ਇਹ ਮੁੜ ਜਾਣੇ ਹੈਗੇ ਆ ਤਾਂ ਇਹ ਜਿਹੜੇ ਲੋਕਾਂ ਨੇ 1 ਸਾਲ ਸਾਡੇ ਨਾਲ ਦਿੱਲੀ ਦੇ ਵਿੱਚ ਅੰਦੋਲਨ ਲੜਿਆ ਵਾ ਜਿੰਨਾ ਵੀ ਸਾਡੇ ਕਿਸਾਨਾਂ ਮਜ਼ਦੂਰਾਂ ਆਮ ਜਨਤਾ ਤੇ ਕੇਸ ਪਏ ਹੋਏ ਆ ਇਹ ਭਰਾਓ ਉਹਨਾਂ ਨੂੰ ਸਾਡੇ ਪਿੱਛੋਂ ਤੰਗ ਕਰਨਗੇ ਜੇ ਇੱਥੇ ਦਿੱਲੀ ਮੋਰਚੇ 'ਚ ਬੈਠੇ ਇੰਨੀ ਪਾਬੰਦੀ ਲਾ ਰਹੇ ਆ ਤਾਂ ਸਾਡੇ ਜਾਣ ਤੋਂ ਬਾਅਦ ਕੀ ਨਹੀਂ ਹੋਊਗਾ ਸੋ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਗੇ ਜਿਹੜੇ ਐਨ ਆਰ ਆਈ ਭਰਾਵਾਂ ਨੇ ਸਾਡਾ ਸਹਿਯੋਗ ਦਿੱਤਾ ਵਾ ਇਹ ਲੰਗਰ ਵਾਲੇ ਕਿਸੇ ਟੀਮ ਨੂੰ ਵੀ ਨੋਟਿਸ ਕਰ ਸਕਦੇ ਐ ਐਨ ਆਈਏ ਤੇ ਜਿਹੜੇ ਸਾਡੇ ਵਿਦੇਸ਼ਾਂ ਤੋਂ ਉਹਨਾਂ ਨੂੰ ਤਾਂ ਸਾਡੇ ਸਾਹਮਣੇ ਐਨ ਆਈਏ ਦੇ ਨੋਟਿਸ ਦਿੱਤੇ ਟਰਾਂਸਪੋਰਟਰਾਂ ਦੇ ਖਿਲਾਫ ਜਿਵੇਂ ਨੋਟਿਸ ਕੱਢੇ ਗਏ ਜਿਵੇਂ ਆਰਤੀਆਂ ਨੂੰ ਤਮਕਾਇਆ ਡਰਾਇਆ ਗਿਆ ਸਾਡੇ ਸਾਹਮਣੇ ਹੈਗਾ ਤੋ ਇਸ ਕਰਕੇ ਇਸ ਮਾਹੌਲ ਦੇ ਵਿੱਚ ਜਨ ਨੂੰ ਸਾਨੂੰ ਜਿਹੜੇ ਆ ਅੱਜ ਠੋਸ ਫੈਸਲੇ ਕਰਨੇ ਚਾਹੀਦੇ ਆ ਕਿ ਸਰਕਾਰ ਜੇ ਅਜਿਹਾ ਕਰ ਰਹੀ ਆ ਤਾਂ ਉਹ ਠੀਕ ਨਹੀਂ ਹੈਗੀ ਦਿੱਲੀ ਦੀ ਫੋਰਸ ਦਿੱਲੀ ਦਾ ਅੰਦੋਲਨ ਚੱਲਦਿਆਂ ਹੋਇਆਂ ਇਸ ਕਿਸਮ ਦਾ ਵਿਹਾਰ ਕਰ ਰਹੀ ਆ ਉਹ ਬਿਲਕੁਲ ਆ ਮਨੁੱਖੀ ਕਾਰਾ ਹੈਗਾ ਵਾ ਵੀ ਲੋਕਾਂ ਦੀ ਆਵਾਜ਼ ਹੀ ਡੱਕੋ ਐਂਬੂਲੈਂਸ ਵੀ ਰੋਕ ਦੋ ਵੀ ਐਂਬੂਲੈਂਸ ਵੀ ਨਹੀਂ ਨੰਗਣ ਦੇਣੀ ਹੈਗੀ ਤਾਂ ਇਹ ਠੀਕ ਨਹੀਂ ਹੈਗਾ ਸੈਕੰਡਲੀ ਹੈਗਾ ਐਮਐਸਪੀ ਦਾ ਗਰੰਟੀ ਦਾ ਕਾਨੂੰਨ ਦੇਖੋ ਅਸੀਂ ਪੂਰੇ ਦੇਸ਼ ਦੇ ਨਾਲ ਖੜੇ ਆ ਚਾਹੇ ਜੁਪੀ ਵਾਲੇ ਹੋਣ ਚਾਹੇ ਰਾਜਸਥਾਨ ਵਾਲੇ ਹੋਣ ਚਾਹੇ ਮੱਧ ਪ੍ਰਦੇਸ਼ ਵਾਲੇ ਹੋਣ ਚਾਹੇ ਬਿਹਾਰ ਵਾਲੇ ਹੋਣ ਜਿੰਨੇ ਵੀ ਸੂਬੇ ਜਿੰਨਾ ਵਿੱਚ ਐਮਐਸਪੀ ਗਰੰਟੀ ਕਾਨੂੰਨ ਨਹੀਂ ਹੈਗਾ ਹੈਗਾ ਅਸੀਂ ਉਹਨਾਂ ਦੇ ਨਾਲ ਖੜੇ ਆ ਫੈਸਲਾ ਉਹਨਾਂ ਨੇ ਕਰਨਾ ਵਾ ਦੇਸ਼ ਦੀਆਂ ਜਥੇਬੰਦੀਆਂ ਨੇ ਬਿਲਕੁਲ ਕੋਈ ਸਾਨੂੰ ਪਿੰਡਾਂ ਜਾਣ ਦੀ ਕਾਲ ਨਹੀਂ ਹੈਗੀ ਜੇ ਦੇਸ਼ ਖਲੋਂਦਾ ਵਾ ਐਮਐਸਪੀ ਗਰੰਟੀ ਦੇ ਕਾਨੂੰਨ ਤੇ ਜੇ ਜੂਪੀ ਵਾਲੇ Rajasthan ਵਾਲੇ ਹੋਰਨਾ ਸੂਬਿਆਂ ਦੀਆਂ ਜਥੇਬੰਦੀਆਂ ਫੈਸਲਾ ਕਰਦੀਆਂ ਆਪਣੀ ਜਥੇਬੰਦੀ ਇਹਦੇ ਤੇ ਸੰਘਰਸ਼ ਕਰਨ ਨੂੰ ਤਿਆਰ ਆ ਵੀ ਸੰਘਰਸ਼ ਹੋਣਾ ਚਾਹੀਦਾ ਇਹਦਾ ਰੋਡ ਮੈਪ ਕਲੀਅਰ ਹੋਣਾ ਚਾਹੀਦਾ ਵੀ ਉਹ ਕਮੇਟੀ ਨੇ ਕਰਨਾ ਕੀ ਆ ਸਰਕਾਰ ਨੂੰ ਇਹਦੇ ਤੇ ਰੋਲਾ ਕੀ ਹੈਗਾ ਵਾ ਤੋ ਐ ਨਹੀਂ ਹੋ ਸਕਦਾ ਵੀ ਪੰਜਾਬ ਦਾ ਹਿੱਸਾ ਉਹ ਕੱਟ ਦੇਣ ਕੀਮਤ ਗਰੰਟੀ ਕਾਨੂੰਨ ਚੀਜ਼ ਹੀ ਹੋ ਰਹੀ ਆ ਤਾਂ ਉਹਦਾ ਰੋਡ ਮੈਪ ਤੇ ਅਜੇ ਤੱਕ ਕੋਈ ਬਿਆਨ ਤੱਕ ਨਹੀਂ ਦੇਣ ਨੂੰ ਤਿਆਰ ਹੈਗਾ ਵੀ ਸਰਕਾਰ ਨੇ ਬਿਆਨ ਵੀ ਧਾਗ ਗਿਆ ਹੋਵੇ ਤਾਂ ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਆ ਪੀ ਬਿਲਕੁਲ ਕਾਲੀ ਨਹੀਂ ਕਰਨੀ ਹੈਗੀ ਮੋਰਚੇ ਵਿੱਚ ਡਟ ਕੇ ਰਹਿਣਾ ਵਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਵਾ ਔਰ ਇਹ ਮੋਰਚਾ ਜਿੰਨੀ ਦੇਰ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਇਹਨੂੰ ਜਾਰੀ ਰੱਖਿਆ ਜਾਣਾ ਚਾਹੀਦਾ ਵਾ ਇਹਦੇ ਨਾਲ ਲਖੀਮਪੁਰ ਖੀਰੀ ਦੇ ਵਿੱਚ ਜੋ ਘਟਨਾ ਕਰ ਮਾਪਿਆ ਆਪਣਾ ਦੇਸ਼ ਦੇ ਸਾਹਮਣੇ ਆ ਰਿਪੀਟ ਕਰਨ ਵਾਲੀ ਗੱਲ ਆ ਜਿਹੜੀ ਮੈਂ ਰਿਪੀਟ ਕਰਦਾ ਵੀ ਕੋਈ ਮੰਤਰੀ ਦਾ ਮੁੰਡਾ ਸ਼ਰਿਆਮ ਜਾ ਕੇ ਗੱਡੀ ਚੜਾਉਂਦਾ ਸਾਡੇ ਚਾਰ ਕਿਸਾਨਾਂ ਨੂੰ ਐ ਲਲਕਾਰ ਕੇ ਕਤਲ ਕਰਦਾ ਇੱਕ ਪੱਤਰਕਾਰ ਮਾਰਿਆ ਜਾਂਦਾ ਵਾ ਔਰ ਸਾਰਾ ਦੇਸ਼ ਦੇਖਦਾ ਵਾ ਔਰ ਉਹਦੇ ਵਿੱਚ 120 ਬੀ ਦਾ ਪਰਚਾ ਅਜੇ ਮਿਸ਼ਰਾ ਤੇ ਹੁੰਦਾ ਜਿਹੜੇ ਇਸ ਵੇਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਆ ਤਾਂ ਉਹ ਪਾਰਲੀਮੈਂਟ ਵਿੱਚ ਬੈੰਦੇ ਨੇ ਮੋਦੀ ਜੀ ਦੇ ਨਾਲ ਬੈੰਦੇ ਨੇ ਉਹਦੇ ਤੇ ਕੋਈ ਉੱਪਰ ਵਾ ਇਸ ਵੇਲੇ ਪ੍ਰਚਾਰ ਪ੍ਰੋਪੋਗੈਂਡਾ ਨਹੀਂ ਹੈ ਉਹ ਉਹਦੇ ਤੇ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਵੀ ਚਲ ਜੇ ਉਹ ਨਹੀਂ ਅਹੁਦੇ ਤੋਂ ਅਸਤੀਫਾ ਦੇ ਰਹੇ ਤੇ ਮੋਦੀ ਜੀ ਸਪਸ਼ਟੀਕਰਨ ਦੇ ਦੇਣ ਗੱਲ ਮੁੱਕ ਗਈ ਪਾ ਇਹ ਤਾਂ ਬੰਦਾ ਕਾ ਨਜਾਇਜ਼ ਆ ਬੋਲਣ મોદી ਜੀ ਇੱਥੇ ਆ ਕੇ ਕੋਈ ਸਟੇਟਮੈਂਟ ਤਾਂ ਦੇਣ ਲਖੀਂਪੁਰ ਖੀਰੀ ਵਾਲੀ ਘਟਨਾ ਤੇ ਉਹਨਾਂ ਨੇ ਕਦੀ ਅੰਦੋਲਨ ਜਦਨ ਵਾਪਸ ਲਏ ਉਸ ਦਿਨ ਬੋਲੇ ਅੰਦੋਲਨ ਤੇ ਉਦੋਂ ਬਾਅਦ ਫਿਰ ਕੋਈ ਗੱਲ ਨਹੀਂ ਹੈਗੀ ਸਪਸ਼ਟ ਤਾਂ ਹੋਵੇ ਭਾਜਪਾ ਦੀ ਨੀਤੀ ਕੀ ਆ ਸੋ ਦੇਸ਼ ਵਾਸੀ ਪੰਜਾਬੀ ਕੱਲ ਨੂੰ ਫੈਸਲਾ ਕਰ ਲੈਣ ਤਾਂ ਇਸ ਕਰਕੇ ਅੰਦੋਲਨ ਦੇ ਵਿੱਚ ਜੋ ਕੁਝ ਹੋ ਰਿਹਾ ਅੰਦੋਲਨ ਨੇ ਜਿਹੇ ਅਪੀਲ ਕੀਤੀ ਹੋਈ ਆ ਵੀ ਭਾਜਪਾ ਦਾ ਮੁਕੰਮਲ ਬਾਈਕਾਟ ਕਰਨਾ ਤਾਂ ਇਹ ਅੱਜ ਵੀ ਕਾਇਮ ਆ ਤੇ ਜੜੀਆਂ ਪੀਲਾਂ ਵੀ ਭਾਜਪਾ ਇਹ ਜੋ ਕੁ ਸਾਡੇ ਨਾਲ ਕਰ ਰਹੀ ਆ ਭਾਜਪਾ ਨੂੰ ਵੋਟ ਨਹੀਂ ਪੈਣੀ ਚਾਹੀਦੀ ਇਹ ਅੱਜ ਵੀ ਸਟੈਂਡ ਕਰਦੀ ਹੋਈ ਗੱਲ ਆ ਤਾਂ ਜੁਪੀ ਵਾਲਿਆਂ ਨੂੰ ਇਹ ਮਿਸ਼ਨ ਅੱਗੇ ਵਧਾਉਣਾ ਚਾਹੀਦਾ ਵੀ ਜੜੀ ਭਾਜਪਾ ਸਾਡੇ ਅੰਦੋਲਨ ਦੀ ਘੇਰਾਬੰਦੀ ਕਰਦੀ ਹੈਗੀ ਆ ਜੜੀ ਭਾਜਪਾ ਸਾਡੇ ਅੰਦੋਲਨ ਦੇ ਪੁਲਿਸ ਕੇਸ ਪਾਏ ਵਾਪਸ ਨਹੀਂ ਲੈਂਦੀ ਹੈਗੀ ਜੜੀ ਭਾਜਪਾ ਜੜੀ ਆ ਉਹ ਐਮਐਸਪੀ ਤੇ ਕੋਈ ਠੋਸ ਗੱਲ ਨਹੀਂ ਕਰਦੀ ਹੈਗੀ ਜੜੀ ਭਾਜਪਾ ਅਜੇ ਮਿਸ਼ਰਾ ਨੂੰ ਅਹੁਦੇ ਤੋਂ ਲੰਬਦੀ ਨਹੀਂ ਹੈਗੀ ਤਾਂ ਜਿਹੜੀ ਭਾਜਪਾ ਸਾਡੇ ਸ਼ਹੀਦਾਂ ਨੂੰ ਸ਼ਹੀਦ ਮੰਨਣ ਨੂੰ ਤਿਆਰ ਨਹੀਂ ਹੈਗੀ ਜਿਹੜੀ ਭਾਜਪਾ ਸ਼ਹੀਦਾਂ ਦੇ ਸਮਾਰਕ ਵਾਸਤੇ ਉਹਨਾਂ ਦੇ ਮਾਪਜੇ ਵਾਸਤੇ ਗੱਲ ਤੱਕ ਕਰਨ ਨੂੰ ਤਿਆਰ ਨਹੀਂ ਹੈਗੀ ਆਹ ਅੰਦੋਲਨ ਦੀ ਘੇਰਾਬੰਦੀ ਕਰਦੀ ਹੈਗੀ ਆ ਉਸ ਭਾਜਪਾ ਨੂੰ ਨੈਤਿਕ ਤੌਰ ਤੇ ਕੀ ਹੱਕ ਹੈਗਾ ਵਾ ਵੀ ਉਹ ਸਾਡੀ ਵੋਟ ਦੀ ਹੱਕ ਹੋਵੇ ਤਾਂ ਵੋਟ ਦੀ ਚੋਟ ਅਜੇ ਖਤਮ ਨਹੀਂ ਹੋਈ ਹੈਗੀ ਤਾਂ ਉਹਨਾਂ ਤੇ ਪ੍ਰੈਸ਼ਰ ਤੇ ਦਬਾਅ ਉੱਡਾ ਹੀ ਰਹਿਣਾ ਚਾਹੀਦਾ ਬੋਟ ਤੇ ਚੋਟ ਵਾਲੇ ਮਸਲੇ ਤੇ ਲੈ ਕੇ ਤੋਂ ਇਸ ਕਰਕੇ ਇਹਨੂੰ ਅੱਗੇ ਵਧਾਈਏ ਇਹਨੂੰ ਅੱਗੇ ਲੈ ਕੇ ਜਾਈਏ ਔਰ ਇਹ ਵੀ ਕਹੀਏ ਇਹ ਵੀ ਪਾਈ ਬਾਕੀ ਜਿੰਨੀਆਂ ਵੀ ਵਿਰੋਧੀ ਧਿਰਾਂ ਅਸੀਂ ਕਦੀ ਨਹੀਂ ਕਿਹਾ ਉਹ ਚੰਗੀਆਂ ਹੈਗੀਆਂ ਨੀਤੀਆਂ ਤੇ ਸਾਰੇ ਜਿਹੜੇ ਹੁਕਮਰਾਨ ਨੇ ਇੱਕ ਹੀ ਨਹੀਂ ਹੈਗੇ ਨੇ ਸਾਰੇ ਹੁਕਮਰਾਨ ਇੱਕੋ ਸਮਾਨ ਚੱਲ ਰਹੇ ਨੇ ਨੀਤੀਆਂ ਦਾ ਕੋਈ ਵਖਰੇਵਾ ਨਹੀਂ ਹੈਗਾ ਹੈਗਾ ਤੋਂ ਇਸ ਕਰਕੇ ਭਰਾਓ ਅੱਜ ਦੀ ਅਪਡੇਟ ਇਹ ਆ ਕਿ ਅੰਦੋਲਨ ਦੇ ਦਿਵਾਲੇ ਕੇਰਾਬੰਦੀ ਸਰਕਾਰ ਕਰਨਾ ਚਾਹੁੰਦੀ ਆ ਹਾਲੇ ਵੀ ਜਿੰਨਾ ਚਿਰ ਅੰਦੋਲਨ ਚੱਲ ਰਿਹਾ ਹੈ ਦੁਨੀਆ ਦਾ ਮਹਾਨ ਅੰਦੋਲਨ ਆ ਇਸ ਮਹਾਨ ਅੰਦੋਲਨ ਦੇ ਵਿੱਚ ਜਿੰਨੇ ਦਿਨ ਇਹਨੂੰ ਚਲਾਇਆ ਜਾਂਦਾ ਇਸ ਵੇਲੇ ਚੱਲ ਰਿਹਾ ਵਾ ਤੁਸੀਂ ਵੱਧ ਤੋਂ ਵੱਧ ਆਪਣੇ ਵਹੀਕਲ ਲੈ ਕੇ ਆਪਣੇ ਪਰਿਵਾਰਾਂ ਸਮੇਤ ਇੱਥੇ ਆਓ ਤੇ ਆਪਣੀਆਂ ਇਸ ਅੰਦੋਲਨ ਨਾਲ ਜੁੜੀਆਂ ਹੋਈਆਂ ਯਾਦਗਾਰਾਂ ਆਪਦੇ ਕੈਮਰੇ ਆਪਦੇ ਮੋਬਾਈਲਾਂ ਚ ਇਥੇ ਰਾਤ 2 4 10 ਦਿਨ ਜਿੰਨਾ ਤੁਹਾਨੂੰ ਚੰਗਾ ਲੱਗਦਾ ਰਹਿ ਕੇ ਜਦੋਂ ਤੱਕ ਇਹਦੀਆਂ ਮੰਗਾਂ ਦੀ ਪੂਰਤੀ ਨਹੀਂ ਹੁੰਦੀ ਜਦੋਂ ਤੱਕ ਇਹ ਮੋਰਚਾ ਸਿਰੇ ਨਹੀਂ ਲੱਗਦਾ ਹੈਗਾ ਉਦੋਂ ਤੱਕ ਇਹਦੇ ਨਾਲ ਨਿਭੋ ਰਹੋ ਇਸ ਕਰਕੇ ਆ ਸਾਡੀ ਬੇਨਤੀ ਵੀ ਦੇਖੋ ਖਾਲੇ ਇਹ ਮੋਰਚਾ ਜਾਰੀ ਆ ਆ ਰੋਜੋਂ ਤੱਕ ਮੋਰਚਾ ਜਾਰੀ ਰਹੂਗਾ ਜਦੋਂ ਤੱਕ ਅੰਦੋਲਨ ਪੂਰੀਆਂ ਮੰਗਾਂ ਨੂੰ ਲੈ ਕੇ ਜਿੱਤ ਨਹੀਂ ਜਾਂਦਾ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ